ਹਾਂਜੀ ਵੈਲਕਮ ਕਰਦੇ ਆਂ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆਏ ਆਂ ਜੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਜਾਰੀ ਕੀਤੇ ਗਏ ਨਵੇਂ ਨੋਟੀਫਿਕੇਸ਼ਨ ਦੀ ਜਾਣਕਾਰੀ ਸਪੈਸ਼ਲੀ ਫਾਰ ਜੀ ਐਨ ਐਮ ਕੈਂਡੀਡੇਟਸ ਦੇ ਲਈ ਮੋਸਟ ਇੰਪੋਰਟੈਂਟ ਇਨਫੋਰਮੇਸ਼ਨ ਆ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਜਿਹੜੇ ਸਟੂਡੈਂਟ ਭੈਣ ਭਰਾ ਪਹਿਲੀ ਵਾਰ ਚੈਨਲ ਤੇ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਇੰਪੋਰਟੈਂਟ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਆਪਣੇ ਇੰਸਟਾਗ੍ਰam ਅਤੇ ਟੈਲੀਗ੍ਰam ਚੈਨਲਾਂ ਨੂੰ ਜੁਆਇਨ ਤੇ ਫੋਲੋ ਕਰਨਾ ਨਾ ਭੁੱਲਿਆ ਕਰੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਸੋ ਜ਼ਿਆਦਾ ਟਾਈਮ ਤੁਹਾਡਾ ਵੇਸਟ ਨਾ ਕਰਦੇ ਹੋਏ ਲੈ ਕੇ ਚੱਲਦੇ ਹਾਂ ਸਿੱਧਾ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਅਤੇ ਦਿੰਨੇ ਆ ਕੰਪਲੀਟ ਜਾਣਕਾਰੀ ਹਾਂਜੀ ਅੱਜ ਦਾ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਸੋ ਨੋਟੀਫਿਕੇਸ਼ਨ ਕਿਸ ਦੇ ਰਿਗਾਰਡਿੰਗ ਆ ਆਪਾਂ ਡਿਟੇਲ ਦੇ ਵਿੱਚ ਇਹਨੂੰ ਰੀਡ ਕਰ ਲੈਣੇ ਆ ਜਿਨ੍ਹਾਂ ਵਿਦਿਆਰਥੀਆਂ ਵੱਲੋਂ ਸਟੇਟ ਇੰਸਟੀਚਿਊਟ ਆਫ ਆਫ ਨਰਸਿੰਗ ਐਂਡ ਪੈਰਾਮੈਡੀਕਲ ਸਾਇੰਸਸ ਬਾਦਲ ਵਿਖੇ ਜੀ ਐਨ ਐਮ ਡੀ ਐਮ ਐਲਟੀ ਡੀ ਐਮ ਆਰ ਆਈਟੀ ਕੋਰਸਾਂ ਅਤੇ ਇੰਸਟੀਚਿਊਟ ਆਫ ਨਰਸਿੰਗ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਜੀ ਐਨ ਐਮ ਕੋਰਸ ਵਿੱਚ ਦਾਖਲੇ ਲਈ ਅਪਲਾਈ ਕੀਤਾ ਗਿਆ ਹੈ ਉਨਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਨ੍ਹਾਂ ਕੋਰਸਾਂ ਵਿੱਚ ਦਾਖਲੇ ਲਈ ਕਾਉਂਸਲਿੰਗ ਸਬੰਧਿਤ ਕਾਲਜ ਵਿਖੇ ਹੇਠ ਲਿਖੇ ਅਨੁਸਾਰ ਹੋਵੇਗੀ। ਸੋ ਕਾਲਜ ਦਾ ਨਾਮ ਅਤੇ ਕਾਉਂਸਲਿੰਗ ਦਾ ਸਥਾਨ ਠੀਕ ਹੈ ਜੀ ਕਾਉਂਸਲਿੰਗ ਦੀ ਮਿਤੀ ਕਾਉਂਸਲਿੰਗ ਦਾ ਸਮਾਂ ਜਿਹੜੀ ਸਟੇਟ ਇੰਸਟੀਚਿਊਟ ਆਫ ਨਰਸਿੰਗ ਐਂਡ ਪੈਰਾਮੈਡੀਕਲ ਮੈਡੀਕਲ ਸਾਇੰਸ ਬਾਦਲ ਵਿਖੇ ਜਿਹੜੀ ਹੈ 30 ਤਰੀਕ ਨੂੰ ਕਾਉਂਸਲਿੰਗ ਹੋ ਰਹੀ ਹੈ ਸਵੇਰੇ 10 ਵਜੇ ਅਤੇ ਇੰਸਟੀਚਿਊਟ ਆਫ ਨਰਸਿੰਗ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ 31 ਤਰੀਕ ਨੂੰ ਕਾਉਂਸਲਿੰਗ ਹੋ ਰਹੀ ਹੈ ਸਵੇਰੇ 10 ਵਜੇ ਕਿੰਨਾ ਬੱਚਿਆਂ ਦੀ ਕਾਉਂਸਲਿੰਗ ਹੋ ਰਹੀ ਹੈ ਜੀ ਜਿਨ੍ਹਾਂ ਨੇ ਪੈਰਾਮੈਡੀਕਲ ਸਾਇੰਸ ਜਾਂ ਜੀਐਨਐਮ ਨਰਸਿੰਗ ਬਾਦਲ ਜਾਂ ਗੋਇੰਦਵਾਲ ਵਿਖੇ ਐਡਮਿਸ਼ਨਸ ਲਈ ਠੀਕ ਹੈ ਜੀ ਇਹਨਾਂ ਕੋਰਸਾਂ ਲਈ ਜਿੰਨਾ ਬੱਚਿਆਂ ਨੇ ਇਹਨਾਂ ਕਾਲਜਾਂ ਦੇ ਵਿੱਚ ਐਡਮਿਸ਼ਨਸ ਲਈ ਅਪਲਾਈ ਕੀਤਾ ਵਾ ਉਹਨਾਂ ਦੀ ਕਾਉਂਸਲਿੰਗ 30 ਅਤੇ 31 ਤਰੀਕ ਨੂੰ ਹੋ ਰਹੀ ਆ ਸੋ ਜਰੂਰ ਇਹ ਕਾਉਂਸਲਿੰਗਾਂ اٹੈਂਡ ਕਰ ਲਿਓ ਜਿਹੜੇ-ਜਿਹੜੇ ਕੈਂਡੀਡੇਟਸ ਨੇ ਵੀ ਇਹਨਾਂ ਕਾਲਜਾਂ ਦੇ ਵਿੱਚ ਅਪਲਾਈ ਕੀਤਾ ਹੋਇਆ ਵਾ ਠੀਕ ਹੈ ਜੀ ਬਾਦਲ ਅਤੇ ਗੋਇੰਦਵਾਲ ਸਾਹਿਬ ਸੋ ਉਮੀਦ ਕਰਦੇ ਆ ਅੱਜ ਦੀ ਇਹ ਇਨਫੋਰਮੇਸ਼ਨ ਤੁਹਾਨੂੰ ਵਧੀਆ ਲੱਗੀ ਹੋਗੀ ਇਸੇ ਤਰ੍ਹਾਂ ਹਰ ਇੱਕ ਲੇਟੈਸਟ ਅਪਡੇਟ ਪ੍ਰਾਪਤ ਕਰਨ ਦੇ ਲਈ ਸਬਸਕ੍ਰਾਈਬ ਕਰਕੇ ਰੱਖੋ ਤੁਹਾਡਾ ਆਪਣਾ ਚੈਨਲ ਸਟੱਡੀ ਐਂਡ ਕੈਰੀਅਰ ਸੋ ਮਿਲਦੇ ਆ ਜੀ ਨਵੀਂ ਇਨਫੋਰਮੇਸ਼ਨ ਅਤੇ ਨਵੀਂ ਅਪਡੇਟ ਦੇ ਨਾਲ ਵੀਡੀਓ ਦੇਖਣ ਲਈ ਸਭ ਦਾ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਧੰਨਵਾਦ